ਸਲਾਮ ਅਲੈਕੁਮ ਭਾਈ ਜਾਨ ਇਹ ਲਾਲਾ ਜੀ ਚੱਲੇ ਹੋ ਟਾਈਮ ਨਾਲ ਗਾਗ ਮੱਠਾ ਵੀਰ ਗਾਗ ਮੱਠਾ ਹੈ ਅੱਛਾ ਯਾਨੀ ਮੰਡੀ ਮੱਠੀ ਹੈ ਗਾਗ ਸ਼ੁਰੂ ਹੋ ਰਿਹਾ ਹੈ ਟਾਈਮ ਹੀ 2-3 ਕੁ ਵਜੇ ਆ ਦੇਖੋ ਹਲੇ 3 ਕੁ ਵਜੇ ਚੱਲੇ ਹੋ ਗਾਗ ਹੋਣਾ ਗੱਡੀ ਆ ਗਈ ਗਾਗ ਸ਼ੁਰੂ ਹੋ ਰਿਹਾ ਹੈ ਪਾਲੀ ਤੋਂ ਬਾਅਦ ਅੱਛਾ ਅੱਜ ਦਾ ਤੇ ਆਖੀ ਤਰੀਕਾ ਤਨਖਾਹਾਂ ਨਹੀਂ ਮਿਲੇ ਬੰਦਿਆਂ ਨੂੰ ਹਾਂ ਹਾਂ ਤੇ ਪਹਿਲ ਬਾਅਦ ਗਾਗ ਸ਼ੁਰੂ ਹੋ ਜਾਣੀ ਹੈ ਇਹ ਮਾਲ ਇਹਦਾ ਨਹੀਂ ਹੈਗਾ ਤੇ ਰੇਟ ਘੱਟ ਲਾਉਣ ਦਾ ਨੇ ਕਿਹੜਾ ਕਸਟਮਰ ਆ ਵੀ ਰਿਹਾ ਅਸੀਂ ਵਿੱਚ ਵਾਪਰ ਬੋਲੇ ਤੇ ਭਾਜੀ ਕਿਹੜਾ ਨਾਮ ਕਿੱਥੋਂ ਆਏ ਕਿੱਥੋਂ ਜੜਾਲੇ ਸਰ ਜੜਾਲੇ ਦਾ ਆਇਆ अच्छा 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 सही हो गया ते अपना दसो कोई आईडिया दी दसो वगैरह ले ले कोई रेट रूट दसो रेट ओ दसो जेड़ा ना पूरा प्यार मोहब्बत वाला दसो ताक तानू को कॉल भी करे अपना रेट जी 55000 तो लेकर 70 तक रेंडे अच्छा 70 के लेकर 70000 ले ले ओ दा किन्ना गोश्त किन्ना चल दस तू साडे के भी ओदा ओदा जानवर खड़े जानवर है अगर कोई फोन से रابطہ कर ले तो प्यार मोहब्बत होएगा ताबेदार है मेहमान नवाजी भी खुद करे को तो चल के आए घर है ते फोन नंबर अपना दो 6 हां जी 1846 हां 886 ठीक हो हर टाइम ऑन रहता है इंशाल्लाह जी अस्सलाम वालेकुम जी अस्सलाम वालेकुम सर भाई कितों आए हो अभी भाई खारियां वाले अच्छा ते माशाल्लाह कड़ा ना दुंबे अपने कोलों किन्ने खड़े ने ते केड़ी नस्ल दे दसो अपने कोल 7 खड़े ने ये कईले नस्ल दे ने ਦੋਬਲੇ ਕਜਲੇ ਜਿੰਨਾਂ ਨੂੰ ਆਉਂਦੇ ਅੱਛਾ ਵਿੱਚ ਕੁਝ ਮਿਕਸ ਵੀ ਆਇਆ ਔਰ ਕੁਝ ਜਨਮਲ ਕਜਲੇ ਵੀ ਹੈ ਇਦਾਂ ਹੈ ਜੀ ਤੇ ਉਮਰਾਂ ਸਾਰਿਆਂ ਦੀ ਬਰਾਬਰ ਹੈ ਜਾਂ ਕੋਈ ਫਰਕ ਹੈਗਾ ਇਹਨਾਂ ਦਾ ਨਹੀਂ ਜੀ ਉਮਰਾਂ ਸਾਰਿਆਂ ਸਮਝ ਲਓ ਕਿ ਬਰਾਬਰ ਹੀ ਵੱਧ ਘੱਟ ਹੈਗੇ ਨਾ ਕੋਈ ਮਹੀਨਾ ਹਫਤਾ ਦੋ ਹਫਤੇ ਇਦਾਂ ਹੀ ਆ ਇਦਾਂ ਦੇ ਕੰਮ ਤੇ ਕੁਰਬਾਨੀ ਦੇ ਸਾਰੇ ਲੱਗਣ ਵਾਲੇ ਸਾਰੇ ਕੁਰਬਾਨੀ ਤੇ ਭਾਜੀ ਕਿਹੜਾ ਰੇਟ ਉਹ ਦੱਸੋ ਜਿਹੜਾ ਕਿਹੜਾ ਨਾ ਮਜ਼ਾ ਆ ਜਾ ਸੁਣ ਕੇ ਮੇਰੇ ਵੀਵਰਸ ਉਹਨਾਂ ਨੂੰ ਕਹਿਣਾ ਭਾਈ ਜੇ ਇਹਨਾਂ ਦਾ ਮੁੱਲ ਕਰੀਏ ਤਾਂ ਮੁੱਲ ਕਰਨੇ 65000 65000 ਠੀਕ ਹੈ ਇੱਕ ਦਾਣੇ ਦਾ ਲੈ ਲੈ ਤੁਹਾਨੂੰ ਦੇ ਦੇਾਂਗੇ ਸਾਰੇ 42000 42000 ਨੂੰ ਆ ਦੇਖੋ ਨਾ ਮਜ਼ਾ ਤਾਂ ਆਇਆ ਨਾ 42000 ਨੂੰ ਆ ਦੇਖੋ ਨਾ ਭਾਜੀ ਨੇ ਗੱਲ ਕੀਤੀ ਸਹੀ ਲਓ ਜੀ ਕਿਹੜਾ ਨਾ ਕੁਰਬਾਨੀ ਤੇ ਵੀ ਲੱਗਣਾ ਔਰ ਭਾਜੀ ਇਹਦੇ ਵਿੱਚ ਕਿੰਨਾ ਕਿੰਨਾ ਗੋਸ਼ਤ ਹੋਣਾ ਤੁਹਾਡੇ ਹਿਸਾਬ ਨਾਲ ਇਹਨਾਂ ਦੇ ਵਿੱਚ ਗੋਸ਼ਤ ਮਾਸ਼ਾਅੱਲਾ ਹੋਣਾ ਜੀ 20-20 ਕਿਲੋ 18 ਕਿਲੋ 20-20 ਕਿਲੋ 18 ਹਾਂਜੀ 20-20 ਕਿਲੋ ਗੋਸ਼ਤ ਮਸਤ ਹੈਗਾ ਹਾਂਜੀ ਜਿਹੜੇ 42000 ਨੂੰ ਕਿਹੜਾ ਦੇ ਦੇਣਾ ਅਗਰ ਤੁਹਾਡੇ ਕੋਲ ਸਾਰੇ ਲੈ ਲੈਣ ਤੇ ਹੋ ਸਕਦਾ ਤੁਸੀਂ 40 ਇਹਨਾਂ ਨੂੰ ਪਿਆਰ ਮੁਹੱਬਤ ਕਰ ਲਓ ਹਾਂਜੀ ਲਓ ਜੀ ਇਹ ਗੱਲ ਸਮਝ ਆਉਂਦੀ ਆ ਤੇ ਹਲੇ ਕਿਹੜਾ ਨਾ ਕੋਈ 20-25 ਦਿਨ ਕਿਹੜਾ ਨਾ ਕੁਰਬਾਨੀ ਨੂੰ ਪਿਆ ਕੋ 2-4 ਕਿਲੋ ਵੀ ਗੋਸ਼ਤ ਬਿਤਾਏਗਾ ਅਗਰ ਕੋਈ ਲੈ ਕੇ ਜਾਏਗਾ ਇਹ ਇੱਕ ਤੇ ਖਿਦਮਤ ਦੀ ਕਰੇਗਾ ਤੇ ਭਾਜੀ ਆਪਣਾ ਫੋਨ ਨੰਬਰ ਦੱਸ ਦਿਓ ਹੈ 0300 ਪੂਰਾ 4782379 ਠੀਕ ਹੋ ਗਿਆ ਤੇ ਫੋਨ ਹਰ ਟਾਈਮ ਆਨ ਰਹਿੰਦਾ ਆਨ ਜੀ ਹਰ ਟਾਈਮ ਓਕੇ ਜੀ ਆ ਦੇਖ ਲਓ ਤੇ ਆਪਣਾ ਨਾਮ ਸੀ ਦੱਸਿਆ ਸੀ ਨਾ ਪਹਿਲੇ ਮੁਹੰਮਦ ਅਰਸ਼ਦ ਜੀ ਮੁਹੰਮਦ ਅਰਸ਼ਦ ਠੀਕ ਹੋ ਗਿਆ ਜੀ ਭਾਜੀ ਆ ਮਾਸ਼ਾਅੱਲਾ ਨਾਗਰਾ ਲੈ ਲੈ ਤੇ ਕੀ ਕਰਾਂ ਨਾ ਉਮਰ ਕਿੰਨੀ ਹੈ ਤੇ ਕਿੰਨੀ ਪ੍ਰਾਈਸ ਹੈ ਭਾਜੀ ਸਾਡੀ ਉਮਰ ਇਹ ਵੀ ਹੈਗੀ 12 ਮਹੀਨੇ 12 ਮਹੀਨੇ ਅੱਛਾ ਜੀ 50000 ਦਾ ਮਿਲ ਗਿਆ ਮਾਸ਼ਾਅੱਲਾ ਦੇਖੋ ਜੀ ਬੜਾ ਹੀ ਸੋਹਣਾ ਲੈਂਦਾ ਮਾਸ਼ਾਅੱਲਾ ਔਰ 12 ਮਹੀਨੇ ਔਰ ਅਗਰ ਕਿਸੇ ਨੇ ਮਿਸਾਲ ਤੌਰ ਤੇ ਆਪਣੇ ਲਈ ਕਹਣਾ ਬੱਕਰੀਆਂ ਲਈ ਵੀ ਰੱਖਣਾ ਤੇ ਰੱਖ ਸਕਦਾ ਕਿਉਂ ਜੀ 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 ਬਿਲਕੁਲ ਇਦਾਂ ਹੀ ਭਾਜੀ ਅੱਛਾ ਉਸ ਤੋਂ ਬਾਅਦ ਆ ਕਿਹੜਾ ਆਪਣਾ ਸਾਨ ਖੜਾ ਹੈਗਾ ਇਹ ਵੀ ਆਂਡਾ ਲੈਗਾ ਇਹਦੀ ਕੀ ਪ੍ਰਾਈਸ ਹੈ ਇਹ 140 140 ਪਿਆਰ ਮੁਹੱਬਤ ਕਰੋ ਫੁੱਲ ਜਿਹੜਾ ਦੇਣਾ ਹੈ 140 ਇਹਦੀ ਕਿੰਨੀ ਉਮਰ ਹੈ ਇਹਦੀ ਇਹਦੀ ਉਮਰ ਕਿੰਨੀ ਹੈ ਇਹਦੀ ਹੈ 14 ਹਾਂ ਦੇਖੋ ਮਾਸ਼ਾਅੱਲਾ 140 ਔਰ ਮਾਸ਼ਾਅੱਲਾ ਦੇਲਾ ਸੋਨਾ ਤੇ ਬਾਕੀਆਂ ਬੱਕਰੀਆਂ ਦੀ ਇਹ ਬੱਕਰਾ ਵੀ ਕੋਈ ਵੀ ਹੈ ਹਾਂ ਬੱਕਰੀਆਂ जानवर बड़ा ही सोहना माशाअल्लाह है और माशाअल्लाह है जी है चीज़ है बहुत मैटर करती है यानी यह मतलब इन्हें माशाल्लाह अगे भी करना अपना वजन बढ़ाना है और अपना कद काट कढ़ना है ठीक है भाजी आ देख लो जनाब 8-9 महीने का है 8 महीने का ठीक है तो भाजी बाकी बकरिया की भी प्राइस दसो मैनू है बकरियां आ काली ले ली की है दो घट 40
ਭਾਜੀ ਕਹਿੰਦੇ 2 ਲੋ ਘਟ ਜਾਲੀ ਦੀ ਆ ਮੱਖੀ ਜੀ ਨਹੀਂ ਜੀ ਮੱਖੀ ਅੱਛਾ ਜੀ ਤੇ ਆ ਛੋਟੀ ਲੈ ਲਈ ਇਹ ਬੱਕਰਾ ਜੀ ਬੱਕਰਾ ਇਹਦੀ ਕੀ ਡਿਮਾਂਡ ਇਹ 40 ਅੱਛਾ ਸਹੀ ਹੋ ਤੇ ਭਾਜੀ ਆਪਣਾ ਨੰਬਰ ਦੱਸੋ ਹੈ ਜੀ 0300 ਪੂਰਾ ਜੀ 4723699 ਠੀਕ ਹੋ ਗਿਆ ਠੀਕ ਹੈ ਭਾਜੀ ਨਕਾਣਾ ਸਾਹਿਬ ਤੋਂ ਨਕਾਣਾ ਸਾਹਿਬ ਸਹੀ ਠੀਕ ਹੈ ਤੁਹਾਡਾ ਰਾਬਤਾ ਕਰ ਲੈ ਹੋਰ ਵੀ ਜਾਣਨਾ ਚਾਹੀਦੇ ਮਿਲ ਜਾਣਗੇ ਜੀ ਜ਼ਰੂਰ ਓਕੇ ਮਿਹਰਬਾਨੀ ਭਾਜੀ ਨਾਮ ਕੀ ਦੱਸਿਆ ਤੁਸੀਂ ਮੁਹੰਮਦ ਅਹਿਸਨ ਇਕਬਾਲ ਅਹਿਸਨ ਇਕਬਾਲ ਲਓ ਜੀ ਭਾਈ ਇੱਕ ਤੋਂ ਲੋਕ ਲੈ ਦਿੱਤਾ ਅਸਲਾਮ ਅਲੈਕੁਮ ਭਾਈ ਜਾਨ ਵਾਲੇਕੁਮ ਸਰ ਕੀ ਕਿਹੜਾ ਨਾਮ ਕਿੱਥੋਂ ਆਏ ਹੋ ਜੜਾਂ ਵਾਲੇ ਜੜਾਂ ਵਾਲੇ ਹੋ ਤੇ ਵੀਰ ਜੀ ਕਿੰਨੇ ਕਾਲੀ ਜਾਨਵਰ ਆਪਣਾ ਕੋਲ ਹੈਗਾ ਮਾਸ਼ਾਅੱਲਾ ਚਾਰ ਸੌਦਾ ਕਰੋ ਹੋਰ ਵੀ ਪਿਆਰ ਮੁਹੱਬਤ ਹੋ ਜਾਏਗਾ ਹੋ ਜਾਏਗਾ ਤੇ ਵੀਰ ਜੀ ਤੁਸੀਂ ਆਪਣਾ ਫੋਨ ਨੰਬਰ ਦੱਸੋ 0344 862 6013 ਠੀਕ ਹੋ ਗਿਆ ਦੇਖੋ ਵੀਰ ਆ ਜਾਨਵਰ ਭਾਈ ਨੂੰ ਜੜਿਆਂ ਲਿਆਏ ਨੇ ਉਹ ਕਿਹੜਾ ਪਰੇ ਜਾਨਵਰ ਉਹ ਵੀ ਆਪਣੇ ਖੜੇ ਨੇ ਹਾਂਜੀ ਉਹ ਵੀ ਆ ਦੁੰਬੇ ਵੀ ਆਪਣੇ ਨੇ ਆ ਦੁੰਬੇ ਵੀ ਦੁੰਬੇ ਦਾ ਕੀ ਰੇਟ ਮਤਲਬ 80000 ਮੰਗਦੇ ਆ 80000 ਤੇ ਕਿੰਨੇ ਕਾ ਇਹਦਾ ਗੋਸ਼ਟ ਹੋਣਾ ਇਹਦੇ ਵੀ ਇੰਨਾ ਹੀ ਹੋਣਾ ਕੋ ਪਿਆਰ ਮੁਹੱਬਤ ਲਾ ਕੋ ਰੇਟ ਹੋਰ ਸੱਟੋ ਸਾਡੇ ਚੈਨਲ ਵਾਸਤੇ ਕੋ ਪਿਆਰ ਮੁਹੱਬਤ ਐਂਡ 70000 ਐਂਡ 70000 ਉਹ ਕਿਹੜਾ ਦੂਜਾ ਨਾਲ ਦਾ ਉਹ 65000 ਸਹੀ 65000 ਦਾ ਆ ਦੇਖੋ ਵੀਵਰਸ ਆ ਦੇਖੋ ਮਾਸ਼ਾਅੱਲਾ ਐ 65000 ਹੋ ਜਾਏਗਾ ਆ ਵੀ ਦੁੰਬਾ ਬਹੁਤ ਹੀ ਪਿਆਰਾ ਹੈ ਮਾਸ਼ਾਅੱਲਾ ਤੇ ਦੋਵੇਂ ਕੁਰਬਾਨੀ ਦੇ ਲੱਗਣ ਵਾਲੇ ਨੇ ਤੇ ਉਹ ਬੱਕਰਾ ਕੜਾ ਉਹ ਵੀ 2 ਸਾਲ ਦਾ ਹੋ ਗਿਆ ਡੈਡੀ ਆ ਦੁੰਦਾ ਤੁਸੀਂ ਦੇਸੀ ਬੱਕਰਾ ਜੀ ਦੇਸੀ ਬੱਕਰਾ ਉਹਦੀ ਕੀ ਪ੍ਰਾਈਸ ਆ ਫੁੱਲ ਪਿਆਰ ਮੁਹੱਬਤ ਦਾ ਫੁੱਲ ਪਿਆਰ ਮੁਹੱਬਤ ਦਾ 45000 ਰੁਪਏ 45000 ਰੁਪਏ ਜੀ ਆ ਦੇਖੋ ਜਨਾਬ ਇਹ 45000 ਰੁਪਏ ਤੇ ਵੀ ਨੇ ਆਪਣਾ ਫੋਨ ਨੰਬਰ ਦੱਸ ਦਿੱਤਾ ਜਣਾ ਆਏ ਨੇ ਠੀਕ ਅਸਲਾਮ ਅਲੈਕੁਮ ਸਰ ਅਸਲਾਮ ਭਾਈ ਜਾਨ ਲਾਲਾ ਜੀ ਕੀ ਹਾਲ ਅੱਲਾ ਸ਼ੁਕਰ ਭਾਈ ਜੀ ਕਿੱਥੋਂ ਆਏ ਭਾਈ ਜੀ ਉਹ ਜਣਾ ਵਾਲੇ ਚ ਭਾਈ ਜਣਾ ਵਾਲੇ ਮਾਸ਼ਾਅੱਲਾ ਜਣਾ ਵਾਲੇ ਤਾਂ ਵਪਾਰੀ ਬਹੁਤ ਹੀ ਜ਼ਿਆਦਾ ਇੱਥੇ ਆ ਜਾਏ ਮੰਡੀ ਦੇ ਵਿੱਚ ਤੇ ਲਾਲਾ ਜੀ ਮਾਸ਼ਾਅੱਲਾ ਜਾਨੋ ਤੁਹਾਡੇ ਦੋਨੇ ਸੋਹਣੇ ਨੇ ਤੇ ਖੱਸੀ ਨੇ ਦੋਨੇ ਹਾਂਜੀ ਭਾਈ ਉਹ ਦੁੰਦੇ ਖੱਸੀ ਦੁੰਦੇ ਖੱਸੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਹੈਗੀ ਇੱਕ ਸਾਲ ਦੇ ਉੱਤੇ ਉੱਤੇ ਹੈ ਸਾਲ ਦੇ ਉੱਪਰ ਉੱਪਰ ਹੈ ਸਹੀ ਹੋ ਗਿਆ ਤੇ ਕੀ ਡਿਮਾਂਡ ਮੋਡ ਭਾਈ ਆਪਣੀ 1.5 ਲੱਖ ਰੁਪਇਆ 1.5 ਲੱਖ ਰੁਪਇਆ ਉਹ ਪਿਆਰ ਮੁਹੱਬਤ ਕਰੋ ਜਿਹੜਾ ਤੁਸੀਂ ਲਾਸਟ ਦੇਣਾ ਕਿਸੇ ਬੰਦੇ ਨੂੰ ਕਹਣਾ ਇੱਥੇ ਕੋਈ ਤੁਹਾਡਾ ਕੋਈ ਗੱਲ ਸੁਣਨ ਤਾਂ ਨਹੀਂ ਦੇਗਾ ਕਿਉਂਕਿ ਇੱਥੇ ਤੁਹਾਨੂੰ ਪਤਾ ਵੀ ਸਿੱਧਾ ਸਿੱਧਾ ਰੇਟ ਹੋਣਾ ਕਿਉਂਕਿ ਤੁਸੀਂ ਗਵਾ ਲਿਆ ਤੁਹਾਡੇ ਘਰ ਹੀ ਉਹਨੇ ਲੈ ਆ ਜਾਣਾ ਲੈਣਾ ਸਹੀ ਆ 35 ਭਾਈ ਜੀ ਲਾਸਟ ਹੈ ਲਾਸਟ 35 ਦਾ 1.35 ਦੇ ਵਿੱਚ ਲਓ ਜੀ 1.35 ਭਾਈ ਕਹਿ ਰਹੇ ਕਿ ਅਸੀਂ ਆਪਣੇ ਵਿਆਹ ਤੇ 1.30 ਕਹਿਣਦੇ ਆ ਯਾਰ ਕੋਈ ਗੱਲ ਨਹੀਂ 1.30 ਦੇ ਵਿੱਚ ਭਾਈ ਤੁਸੀਂ ਲੈ ਕੇ ਜਾ ਸਕਦੇ ਹੋ ਸਾਡੇ ਚੈਨਲ ਦੀ ਵੀਰ ਤੋਂ ਅਸੀਂ ਵੀਰ ਕੋ 5 ਲੱਖ ਦਿਵਾ ਦਿੰਦੇ ਆ ਕਿਉਂ ਭਾਈ ਜੀ ਤੇ ਇਹ 1.30 ਮਾਸ਼ਾਅੱਲਾ ਜਾਨਵਰ ਵੇਖ ਲਓ ਸੋਹਣੇ ਨੇ ਇਧਰ ਵੀ ਠੀਕ ਹੈ ਕਿੰਨੇ ਕਿੰਨਾ ਵਜ਼ਨ ਹੋਣਾ ਬਲਾਲਾ ਜੀ ਇੱਕ ਇੱਕ ਦਾ ਹੈਗਾ ਕੋਈ 35-35 ਕਿਲੋ 35-35 ਕਿਲੋ ਆ ਦੇਖੋ ਜਨਾ ਜਾਨਵਰ ਬਹੁਤ ਸੋਹਣੇ ਨੇ ਤੇ ਤੁਸੀਂ ਭਾਈ ਇੱਥੋਂ ਆ ਕੇ ਵੀਰ ਨਾਲ ਤੇ ਕਹਣਾ ਨਾ ਵੀਰ ਜੀ ਕਹਣਾ ਆਪਣਾ ਫੋਨ ਨੰਬਰ ਦੱਸੋ 0346 ਅੱਛਾ 1934710 ਠੀਕ ਹੋ ਗਿਆ ਹੱਟਾ ਮਾਪੇ ਕੋਲ ਫੋਨ ਨਹੀਂ ਦਾ ਹਾਂਜੀ ਹਾਂਜੀ ਤੇ ਕੋਈ ਬੰਦਾ ਤਸਵੀਰਾਂ ਸੂਰ ਮੰਗਾਉ ਤੇ ਭੇਜ ਦੋਗੇ ਭੇਜ ਦਾਂਗੇ ਲਓ ਵੀਰ ਜੀ ਨਾਮ ਕੀ ਆਪਣਾ ਬਾਈ ਸ਼ਬਾਜ਼ ਹੋਰ ਵੀ ਜਾਨਵਰ ਹੈਗਾ ਆਪਣੇ ਕੋਲ ਬਸ ਦੋ ਹੀ ਨੇ ਨਹੀਂ ਦੋ ਹੀ ਹੈਗੇ ਦੋ ਹੀ ਨੇ ਓਕੇ ਲਓ ਜੀ ਵੀਰ ਕੋਲ ਦੋ ਜਾਨਵਰ ਨੇ ਔਰ 1.30 ਦੇ ਵਿੱਚ ਜੋੜੀ ਮੈਨੂੰ ਤੇ ਸਮਝ ਬਹੁਤ ਆ ਰਹੀ ਯਾਰ ਮਾਸ਼ਾਅੱਲਾ ਜਿਹੜਾ ਦੰਦ ਦਿਖਾਉ ਦੁੰਦੇ ਨੇ ਬਿਲਕੁਲ ਕਿ ਚੌਗੇ ਨੇ ਦੁੰਦੇ ਦੁੰਦੇ ਆ ਜੇ ਕਿ ਦੁੰਦੇ ਨੇ ਜਨਾਬ ਔਰ ਖੱਸੀ ਕਿਹਨੇ ਕਹਣਾ ਸੌ ਖੱਸੀ ਖੱਸੀ ਭਾਈ ਖੱਸੀ ਆ ਆ ਦੁੰਦੇ ਠੀਕ ਹੈ ਦੋਨੋਂ ਮਾਸ਼ਾਅੱਲਾ ਦੁੰਦੇ ਨੇ ਔਰ ਸੇਰ ਮਾਨ ਜਾਨਵਰ ਨੇ ਆ ਲੈ ਲੈ ਬਹੁਤ ਪਿਆਰਾ ਆ ਦੇਖ ਉਹ ਵੀ ਬਹੁਤ ਪਿਆਰਾ ਤੇ ਆ ਵੀ ਮਾਸ਼ਾਅੱਲਾ ਦੋਨੇ ਇੱਕ ਦੂਜੇ ਤੋਂ ਵੱਧ ਕੇ ਤੇ ਵੀ ਨਾ ਰਾਬਤਾ ਕਰ ਲੈਣਾ ਹਾਂ ਭਾਈ ਕਹ ਰਿਹਾ ਮੱਖੀ ਚੀਨਾ ਜ਼ਿਆਦਾ ਖੂਬਸੂਰਤ ਹੈ ਤੇ ਵੀ ਨਾ ਰਾਬਤਾ ਕਰ ਲੈਣਾ ਤੇ ਤੁਹਾਡੇ ਨਾਲ ਪਿਆਰ ਮੁਹੱਬਤ ਹੋ ਜਾਏਗਾ